ਅੱਜ ਦੀਆਂ ਖਬਰਾਂ ਲਾਈਏ ਤੇ ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਰਸ਼ੀਆ ਦੇ ਜਿਹੜੇ ਪੀਓ ਡਬਲਯੂਜ਼ ਹੈਗੇ ਆ ਜਿਨ੍ਹਾਂ ਫੌਜੀਆਂ ਨੂੰ ਯੂਕਰੇਨ ਦੇ ਲੋਕਾਂ ਨੇ ਜਾਂ ਯੂਕਰੇਨ ਦੀ ਫੌਜ ਨੇ ਫੜਿਆ ਆ ਉਹ ਕਹਿੰਦੇ ਵੀ ਸਾਨੂੰ ਤਾਂ ਰਸ਼ੀਆ ਵਾਲੇ ਇੱਕ ਤਰ੍ਹਾਂ ਦੇ ਨਾਲ ਮੀਟ ਵਾਂਗ ਵਰਤ ਰਹੇ ਆ ਮੀਟ ਸ਼ੀਲਡ ਉਹ ਕਹਿੰਦੇ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਨੂੰ ਭੇਜਿਆ ਕਿੱਥੇ ਆ ਕਹਿੰਦੇ ਸਾਡੇ ਸੀਨੀਅਰਸ ਨੇ ਕਿਹਾ ਵੀ ਇੱਥੇ ਜਾ ਰਹੇ ਆ ਸਾਨੂੰ ਇਹ ਦੱਸਿਆ ਨਹੀਂ ਵੀ ਯੂਕਰੇਨ ਦੇ ਵਿੱਚ ਜਾ ਰਹੇ ਆ ਤੇ ਇਹ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਉਹ ਕਹਿੰਦੇ ਵੀ ਇੰਨਾ ਝੂਠ ਰਸ਼ੀਆ ਚ ਬੋਲਿਆ ਗਿਆ ਯੂਕਰੇਨ ਦੇ ਹੌਲਦ ਜਦ ਕਿ ਇਦਾਂ ਦੀਆਂ ਹੁਣ ਖਬਰਾਂ ਆ ਰਹੀਆਂ ਯੂਕਰੇਨ ਚ ਇੱਕ ਫੌਜੀ ਨੂੰ ਜਦੋਂ ਫੜਿਆ ਗਿਆ ਤੇ ਉਹ ਤੋਂ ਬਾਅਦ ਉਹ ਨਹੀਂ ਉਹਨੂੰ ਰੋਟੀ ਪਾਣੀ ਵੀ ਖੁਲਾਇਆ ਚਾਹ ਪਲਾਈ ਤੇ ਉਹਦੀ ਜਿਹੜੀ ਮਦਰ ਆ ਉਹਨੂੰ ਫੋਨ ਦੇ ਉੱਤੇ ਗੱਲ ਕਰਾਈ ਤੇ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਇਦਾਂ ਦਾ ਬਰਤਾਰਾ ਕਰ ਰਹਾ ਹੈ ਯੂਕਰੇਨ ਵਾਲੇ ਤੇ ਅਸੀਂ ਲੋਕਾਂ ਨੂੰ ਸ਼ਰੀਆਮ ਮਾਰ ਰਹੇ ਹੈਗੇ ਆ ਰਸ਼ੀਆ ਦੇ ਕਾਏ ਤੇ ਵੀ ਸਾਤੋਂ ਸ਼ਰੀਆਮ ਇਹ ਗਲਤ ਕੰਮ ਕਰਾਇਆ ਜਾ ਰਿਹਾ ਹੈਗਾ ਜੇ ਰੂਸ ਨੇ ਉਧਰ ਜਿਹੜਾ ਪ੍ਰਮਾਣੂ World War ਦੀ ਜਿਹੜੀ ਧਮਕੀ ਜਿਹੜੀ ਉਹ ਦੇ ਦਿੱਤੀ ਆ ਰੂਸ ਨੇ ਸੌਰੀ ਰੂਸ ਦੇ ਜਿਹੜੇ ਪੈਰਾ ਟ্রੂਪਰਸ ਹੈਗੇ ਆ ਉਹ ਯੂਕਰੇਨ ਦੇ ਵਿੱਚ ਦਾਖਲ ਹੋ ਰਹੇ ਨੇ ਸਿਵਿਲਿਅਨ ਮੌਤਾਂ ਦਾ ਆਕੜਾ ਕਿੰਨੇ ਯੂਕਰੇਨ ਦੇ ਵਿੱਚ 2000 ਨੂੰ ਪਾਰ ਕਰ ਗਿਆ ਆ ਉਧਰ ਰੂਸੀ ਫੌਜੀਾਂ ਦੇ ਮਰਨ ਦਾ ਜਿਹੜਾ ਆਕੜਾ ਆ 500 ਦੇ ਕਰੀਬ ਪਹੁੰਚ ਚੁੱਕਾ ਆ ਖੈਰਸਨ ਜਿਹੜਾ ਇੱਕ ਕਹਿ ਸਕਦੇ ਆ ਵੀ ਇੱਕ ਵੱਡਾ ਸ਼ਹਿਰ ਯੂਕਰੇਨ ਦਾ ਉਹ ਜਿਹੜਾ ਆ ਰੂਸ ਨੇ ਆਪਣੇ ਕਬਜੇ ਅਧੀਨ ਕਰ ਲਿਆ ਹੈਗਾ ਆ ਇਹ ਪਹਿਲਾ ਵੱਡਾ ਸ਼ਹਿਰ ਮੰਨਿਆ ਜਾ ਰਿਹਾ ਹੈ ਯੂਕਰੇਨ ਦੇ ਵਿੱਚ ਜਿਸ ਦੇ ਉੱਤੇ ਰੂਸੀ ਫੌਜਾਂ ਕਾਬਜ਼ ਜਿਹੜੀਆਂ ਉਹ ਹੋ ਚੁੱਕੀਆਂ ਨੇ ਉਸ ਤੋਂ ਇਲਾਵਾ ਵੀ ਹੋਰ ਕਈ ਜਿਹੜੇ ਰੂਸੀ ਫੌਜਾਂ ਕਈ ਇਲਾਕਿਆਂ ਦੇ ਉੱਤੇ ਕਾਬਜ਼ ਆਲਰੇਡੀ ਹੋ ਚੁੱਕੀਆਂ ਹੋਈਆਂ ਨੇ ਸੋ ਸਥਿਤੀ ਦਿਨ-ਬ-ਦਿਨ ਜਿਹੜੀ ਹੈ ਯੂਕਰੇਨ ਵਾਲਿਆਂ ਦੇ ਲਈ ਥੋੜੀ ਹੋਰ ਮੁਸ਼ਕਲ ਜਿਹੜੀ ਉਹ ਹਰਜੋਤ ਸਿੰਘ ਜੀ ਹੁੰਦੀ ਜਾ ਰਹੀ ਹੈਗੀ ਆ ਰੂਸੀ ਫੌਜਾਂ ਲਗਾਤਾਰ ਜਿਹੜੀਆਂ ਆ ਕੀਵਲ ਵੱਲ ਨੂੰ ਰਾਜਧਾਨੀ ਵੱਲ ਨੂੰ ਜਿਹੜੀਆਂ ਆ ਉਹ ਚੜ੍ਹਾਈ ਕਰਦੀਆਂ ਜਾ ਰਹੀਆਂ ਨੇ ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ ਜੀ ਅਗਲੀ ਖਬਰ ਕਹਿੰਦੇ ਭਈ ਜਿਹੜੇ ਐਕਸਟਰੀਮਿਸਟ ਗਰੁੱਪ ਹੈਗੇ ਆ ਉਹ ਮਿਨੋਰਟੀ ਰਿਫਿਊਜੀਜ਼ ਜਿਹੜੇ ਪੋਲੈਂਡ ਦੇ ਵਿੱਚ ਪਹੁੰਚ ਰਹੇ ਆ ਉਹਨਾਂ ਨੂੰ ਤੰਗ ਕਰ ਰਿਹਾ ਜਾਂ ਉਹਨਾਂ ਨੂੰ ਐਂਟਰ ਨਹੀਂ ਕਰਨ ਦੇ ਰਿਹਾ ਪੋਲੈਂਡ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਕਲਰ ਬੇਸ ਦੇ ਕਹਿੰਦੇ ਭਈ ਕਹਿੰਦੇ ਭਈ ਉਹ ਜਿਹੜੇ ਨਾਨ ਵਾਈਟ ਹੈਗੇ ਆ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਉੱਥੇ ਜੀ ਤੇ 8 ਲੱਖ 66 ਹਜ਼ਾਰ ਦੇ ਕਰੀਬ ਆਲਰੇਡੀ ਰਿਫਿਊਜੀ ਉਥੋਂ ਜਾ ਚੁੱਕੇ ਹੈਗੇ ਆ ਵੱਖ-ਵੱਖ ਮੁਲਕਾਂ ਦੇ ਵਿੱਚ ਸਾਡੇ 4 ਲੱਖ 4 53 ਹਜ਼ਾਰ ਰਿਫਿਊਜੀ ਪੋਲੈਂਡ ਨੂੰ ਅਸਕੇਪ ਕਰਕੇ ਗਏ ਆ ਉਥੇ ਆਪਾਂ ਪਿਛਲੇ ਦਿਨਾਂ ਚ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਇੰਡੀਅਨ ਪੰਜਾਬੀ ਜਿਹੜੇ ਬੱਚੇ ਆ ਉਹਨਾਂ ਨੂੰ ਰੱਖਿਆ ਗਿਆ ਹੈਗਾ ਸੋ ਇਦਾਂ ਦੀਆਂ ਖਬਰਾਂ ਵੀ ਜਿਹੜੀਆਂ ਆ ਪੋਲੈਂਡ ਤੋਂ ਆ ਰਹੀਆਂ ਹੈਗੀਆਂ ਕਿਉਂਕਿ ਉਹਨਾਂ ਦੇ ਬਾਰਡਰ ਦੇ ਉੱਤੇ ਕਹਿੰਦੇ ਭਈ ਮਲੇਸ਼ੀਆ ਗਰੁੱਪ ਉਹੋ ਬਾਰਡਰ ਦੀ ਸੰਭਾਲ ਕਰ ਰਹੇ ਆ ਤੇ ਸਿਰਫ ਗੋਰੇ ਲੋਕਾਂ ਨੂੰ ਐਂਟਰਨ ਕਰਨ ਦੇ ਰਹੇ ਆ ਤੇ ਬਾਕੀਆਂ ਨੂੰ ਉਹ ਉੱਥੇ ਹੀ ਖੜੇ ਰੱਖ ਰਹੇ ਹੈਗੇ ਜੀ ਸਾਬਕਾ ਰਾਸ਼ਪਤੀ ਜਾਰਜ ਬੁਸ਼ ਸ਼ਿਕਾਗੋ ਦੇ ਵਿੱਚ ਇੱਕ ਬੈਨੀਫਿਟ ਫੰਡ ਰਿਜ਼ਰਵ ਦੇ ਉੱਤੇ ਵਿੱਚ ਬੋਲ ਰਹੇ ਸੀ ਉੱਥੇ ਉਹਨਾਂ ਨੇ ਜਿਹੜਾ ਆ ਰੂਸ ਦੇ ਖਿਲਾਫ ਕਾਫੀ ਜਿਹੜਾ ਗੁੱਸਾ ਆ ਉਹ ਝਾੜਿਆ ਉਹ ਤਿੰਨ ਨੂੰ ਕਾਫੀ ਬੁਰਾ ਭਲਾ ਇੱਕ ਹਿਸਾਬ ਦੇ ਨਾਲ ਕਿ ਜਿਹੜਾ ਉਹ ਆਖਿਆ ਵੀ ਸ਼ਰੀਆਮ ਜਿਹੜਾ ਆ ਉਹ ਤੱਕਾ ਆ ਜਿਹੜਾ ਉਹ ਕਰ ਰਹੇ ਹੈਗੇ ਆ ਸੋ ਇਹ ਜਿਹੜੀ ਤਕਰੀਬਨ ਸਾਰੇ ਹੀ ਸਾਬਕਾ ਰਾਸ਼ਪਤਿਆਂ ਨੇ ਇਹ ਜਿਹੜੀ ਇਸ ਨੂੰ ਮਾੜਾ ਆਖਿਆ ਆ ਉਧਰ ਫਿਉਨਾ ਹਿਲ ਜਿਹੜੇ ਸਾਬਕਾ ਰੇ ਨੇ ਐਮਬੈਸਡਰ ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਕੀ ਪੁਤਿਨ ਮੁੜ ਦੁਬਾਰਾ ਕੀ ਵਾਕਿਆ ਨਿਊਕਲੀਅਰ ਹਮਲਾ ਕਰ ਸਕਦਾ ਆ ਤੇ ਉਹਨਾਂ ਨੇ ਚਿੰਤਾਜਨਕ ਉੱਤਰ ਦਿੱਤਾ ਵੀ ਹਾਂ ਉਹ ਕਰ ਸਕਦਾ ਹੈਗਾ ਆ ਸੋ ਪੁਤਿਨ ਇਸ ਟਾਈਮ ਆਪਣੇ ਈਗੋ ਦੇ ਵਿੱਚ ਗੁੱਸੇ ਦੇ ਵਿੱਚ ਹੈਗਾ ਆ ਸਨਕੀ ਜਿਹੜਾ ਇਸ ਟਾਈਮ ਬਣਿਆ ਪਿਆ ਆ ਸੋ ਪਤਾ ਨਹੀਂ ਆ ਵੀ ਇਸ ਬਾਬਤ ਉਹ ਕਿਦਾਂ ਦਾ ਫੈਸਲਾ ਲੈ ਸਕਦਾ ਆ ਜੋ ਤੋ ਤੋ ਹੀ ਯੂਰਪੀਅਨ ਸੰਘ ਨੇ ਯੂਕਰੇਨ ਦੀ ਉਸ ਐਪਲੀਕੇਸ਼ਨ ਨੂੰ ਮਨਜ਼ੂਰੀ ਦਿੱਤੀ ਆ ਵੀ ਇਹ ਅੱਗੇ ਵੱਧ ਸਕਦੀ ਹੈ ਯੂਰਪੀਅਨ ਸੰਘ ਦੇ ਮੈਂਬਰ ਬਣਨ ਦੇ ਲਈ ਉਦੋਂ ਤੋਂ ਹੀ ਪੋਟੇਨਾ ਉਸ ਨੇ ਹਮਲਾਵਰ ਰੁਖ ਜਾਦਾ ਤੇਜ਼ ਕਰ ਦਿੱਤਾ ਹੈਗਾ ਆ ਸੋ ਆਉਣ ਵਾਲੇ ਸਮੇਂ ਚ ਉਹ ਕੀ ਕਰਨ ਜਾ ਰਿਹਾ ਆ ਇਹ ਕਿਆਸ ਰਹੀਆਂ ਨੇ ਉਧਰ ਕੈਨੇਡਾ ਨੇ 10 ਜਿਹੜੇ ਰਸ਼ੀਅਨ એનર્ਜੀ ਸੈਕਟਰ ਦੇ ਨਾਲ ਸੰਬੰਧਿਤ ਲੋਕ ਸੀਗੇ ਉਹਨਾਂ ਦੇ ਉੱਤੇ ਸੈਂਕਸ਼ਨ ਜਿਹੜੀਆਂ ਉਹ ਲਾ ਦਿੱਤੀਆਂ ਹੈਗੀਆਂ ਆ ਸੋ ਕਹਿੰਦੇ ਆ ਵੀ ਬਾਈਡਨ ਹੁਣਾਂ ਦੇ ਐਡਵਾਈਜ਼ਰ ਜਿਹੜੇ ਆ ਦਲੀਪ ਸਿੰਘ ਜਿਹੜੇ ਆ ਉਹ ਕਹਿ ਰਹੇ ਹੈਗੇ ਆ ਡਿਪਟੀ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਨੇ ਇੰਟਰਨੈਸ਼ਨਲ ਇਕਨੋਮਿਕਸ ਤੇ ਲਈ ਉਹਨਾਂ ਨੇ ਕਿਹਾ ਵੀ ਜਿਹੜੇ ਸੈਂਕਸ਼ਨਸ ਦਾ ਮੁੱਖ ਉਦੇਸ਼ ਗੋਲ ਹੀ ਆ ਵੀ ਪੁਤਿਨ ਨੂੰ ਪੀੜ ਹੋਵੇ ਤੇ ਮੇਕਿੰਗ ਸ਼ੋਰ ਵੀ ਅਮਰੀਕਨ ਲੋਕਾਂ ਨੂੰ ਇਸ ਤੇ ਲਈ ਕੋਈ ਚੀਜ਼ ਜਿਹੜੀ ਉਹ ਨਾਂ ਪੇ ਕਰਨੀ ਪਵੇ ਕੱਲ ਸਟੇਟ ਆਫ ਦਾ ਯੂਨੀਅਨ ਐਡਰੈਸ ਤੇ ਵਿੱਚ ਰਾਸ਼ਪਤੀ ਬਾਈਡਨ ਨੇ ਇੱਕ ਕਨਫਰਮ ਜਿਹੜਾ ਉਹ ਕਰ ਦਿੱਤਾ ਸੀ ਬਾ ਪੱਕੀ ਕਹਤਾ ਸੀਗਾ ਵੀ ਗਰਾਉਂਡ ਦੇ ਉੱਤੇ ਜਿਹੜੇ ਬੂਟਸ ਆ ਉਹ ਨਹੀਂ ਕੱਲੇ ਜਾਣਗੇ ਜੀ ਕੂਟੰਤ ਸਦਾਈ ਹੋਇਆ ਫਿਰਦਾ ਉੱਥੇ ਦੀ ਜਿਹੜੀ ਪੁਲਿਸ ਆ ਆਰਮੀ ਆ ਉਹ ਵੀ ਉਸੇ ਐਕਸ਼ਨ ਤੇ ਜਾ ਰਹੀ ਹੈਗੀ ਆ ਰਸ਼ੀਅਨ ਪੁਲਿਸ ਨੇ 7 ਸਾਲ ਤੋਂ ਲੈ ਕੇ 11 ਸਾਲਾਂ ਦੇ ਬੱਚੇ ਜੋ ਕਿ ਇੱਕ ਯੂਕਰੇਨ ਦੀ ਜਿਹੜੀ ਐਮਬੈਸੀ ਆ ਉੱਥੇ ਫੁੱਲਾਂ ਦਾ ਗੁਲਦਸਤਾ ਲੈ ਕੇ ਗਏ ਸੀ ਤੇ ਜਿਹਦੇ ਤੇ ਉਹਨਾਂ ਨੇ ਆਪਣੀ ਹੀ ਰਸ਼ੀਅਨ ਭਾਸ਼ਾ ਦੇ ਵਿੱਚ ਲਿਖਿਆ ਸੀ ਹੈਥ ਬੋਏ ਇਹਦਾ ਮਤਲਬ ਹੈ ਨੋ ਟੂ ਵਾਰ ਤੇ ਜਦੋਂ ਉਹ ਉੱਥੇ ਫੁੱਲਾਂ ਦਾ ਗੁਲਦਸਤਾ ਦੇ ਕੇ ਬਾਹਰ ਨਿਕਲੇ ਤੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਜੇਲ੍ਹ ਦੇ ਵਿੱਚ ਧੱਕ ਤੇ ਪੰਜ ਬੱਚੇ ਸੀ ਜਿਨ੍ਹਾਂ ਦੀ ਉਮਰ 7 ਸਾਲ ਤੋਂ 11 ਸਾਲ ਤੱਕ ਆ ਤੇ ਉਹਨਾਂ ਦੀ ਜਿਹੜੀ ਮਦਰ ਸੀ ਨਾਲ ਗਈਓ ਉਹਦੇ ਕੋਲੋਂ ਪੇਰੈਂਟਲ ਰਾਈਟਸ ਵੀ ਜਿਹੜੇ ਆ ਉਹਨਾਂ ਨੇ ਖੋਲਾ ਹੈਗੇ ਆ ਕਹਿੰਦੇ ਵੀ ਨਹੀਂ ਤੂੰ ਇਹ ਬੱਚਿਆਂ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ ਹੈਗੀ ਹੁਣ ਉਹ ਫੋਟੋਆਂ ਜਿਹੜੀਆਂ ਯੂਕਰੇਨ ਦੇ ਇੱਕ ਮਨਿਸਟਰ ਨੇ ਵੀਡੀਓ ਦੇ ਉੱਤੇ ਵੀਡੀਓ ਦੇ ਰਾਹੀਂ ਸੋਸ਼ਲ ਮੀਡੀਆ ਤੇ ਜਾਰੀ ਕਰਤੀਆਂ ਵੀ ਦੇਖੋ ਰਸ਼ੀਆ ਵਾਲੇ ਤਾਂ ਜਉਂ ਹੀ ਕੰਮਲੇ ਹੋ ਗਏ ਵੀ ਜਿਹੜੇ ਲੋਕ ਪੰਜ ਬੱਚੇ ਇੱਕ ਜਿਸ ਦਾ ਨਾਮ ਦੀਜ਼ ਆ 11 ਸਾਲਾਂ ਦੀ ਕੋਸ਼ਾ 11 ਸਾਲਾਂ ਦੀ ਮੈਟਵੇ 9 9 ਇਅਰਸ ਆ ਡੇਵਿਡ 17 ਸਾਲਾਂ ਦਾ ਸੋਫੀਆ 17 ਸਾਲਾਂ ਦੀ ਉਹ ਬੱਚਿਆਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਵੀ ਇਹ ਬਹੁਤ ਹੀ ਜੜੀ ਆ ਮਾੜੀ ਗੱਲ ਹੈਗੀ ਆ ਵੀ ਉਹਨਾਂ ਦੀ ਮਾਂ ਉੱਥੇ ਕਰਾਈ ਕਰ ਰਹੀ ਸੀ ਰੋ ਰਹੀ ਸੀ ਸੋ ਹਿਮਨ ਰਾਈਟਸ ਐਕਟਿਵਿਸਟ ਤੇ ਹੋਰ ਜਿਹੜੇ ਜਰਨਲਿਸਟਸ ਆ ਉਹਨਾਂ ਨੂੰ ਵੀ ਉਹਨਾਂ ਨੇ ਇਹ ਕਿਹਾ ਆ ਪੀ ਬਾਅਦ ਤੋਂ ਬਾਅਦ ਇਹ ਜਿਹੜਾ ਫੇਸਬੁੱਕ ਟੈਲੀਗ੍ਰam ਇਹਨਾਂ ਦੇ ਉੱਤੇ ਸ਼ੇਅਰ ਕਰੋ ਤੇ ਪਲੱਸ ਯੂਐਸ ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ ਦੇ ਕੋਲ ਇਹ ਜਿਹੜਾ ਮੁੱਦਾ ਆ ਜਾਣਾ ਚਾਹੀਦਾ ਕਿਉਂਕਿ 6400 ਦੇ ਕਰੀਬ ਐਂਟੀਵਾਰ ਜਿਹੜੇ ਡਿਮੋਨਸਟ੍ਰੇਟਰ ਸਿਗੇ ਰਸ਼ੀਆ ਦੇ ਵਿੱਚ ਉਹ ਵੀ ਉਹਨਾਂ ਨੇ ਜੇਲ ਦੇ ਵਿੱਚ ਬੰਦ ਕਰ ਦਿੱਤੇ ਆ ਜੀ ਨਰਦਈ ਹੋਇਆ ਪਿਆ ਇਸ ਟਾਈਮ ਪੋਪੋਟਨ ਨਿਆਣਿਆਂ ਨੂੰ ਜਿਹੜਾ ਉਹ ਅੰਦਰ ਡੱਕ ਰਿਹਾ ਆ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਕੀ ਯੁੱਧ ਦੇ ਉਲਟ ਨੇ ਜਿਹੜਾ ਇਸ ਦਾ ਕੈਲੋਬੀ ਵਿਰੋਧੀ ਆ ਅੱਜ ਇਸ ਨੂੰ ਇਹਨੇ ਪਿਛਲੇ ਕਈ ਸਾਲਾਂ ਤੋਂ ਹਿਰਾਸਤ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜਾ ਉਹ ਰੱਖਿਆ ਹੋਇਆ ਨਮਲਨੀ ਉਹ ਵੀ ਕਹਿ ਰਿਹਾ ਹੈ ਵੀ ਆਪਾਂ ਨੂੰ ਯੁੱਧ ਦੇ ਖਿਲਾਫ ਜਿਹੜਾ ਆ ਉਹ ਇਕੱਠੇ ਹੋਣ ਦੀ ਲੋੜ ਆ ਲੜਾਈ ਲੜਨ ਦੀ ਇੱਕ ਸਾਭ ਦੇ ਨਾਲ ਲੋੜ ਆ ਉਧਰ ਯੂਕਰੇਨ ਨੇ ਜਿਹੜੇ ਉੱਥੇ ਦੇ ਅੰਤਰਰਾਸ਼ਟਰੀ ਵਿਦਿਆਰਥੀ ਆ ਜਿਹੜੇ ਮੁਲਕ ਨੂੰ ਛੱਡ ਰਹੇ ਆ ਉਹਨਾਂ ਦੇ ਲਈ ਇੱਕ ਐਮਰਜੈਂਸੀ ਹੌਟਲਾਈਨ ਨੰਬਰ ਜਿਹੜਾ ਆ ਉਹ ਇਸ਼ੂ ਕੀਤਾ ਹੈਗਾ ਸੋ ਅ ਜਿੱਦਾਂ ਤੁਸੀਂ ਵੀ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਆਲਰੇਡੀ ਜਿਹੜੇ ਕੈਲੋਬੀ ਗੂੜੇ ਰੰਗ ਵਾਲੇ ਆ ਚਾਹੇ ਭੂਰੇ ਆ ਤੇ ਚਾਹੇ ਕਾਲੇ ਆ ਉਹਨਾਂ ਨੂੰ ਜਿਹੜੀ ਤਵੱਜੋ ਜਿਹੜੀ ਉਹ ਘਟ ਦਿੱਤੀ ਜਾ ਰਹੀ ਆ ਸੋ ਇਸ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਗੋਰੇ ਮੂਲ ਦੇ ਪੱਤਰਕਾਰਾਂ ਨੇ ਇਹਨਾਂ ਰੈਫਿਊਜੀਜ਼ ਨੂੰ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਨਸਲੀ ਰੰਗ ਵੀ ਰੈਫਿਊਜੀਜ਼ ਦਾ ਉਹ ਦਿੱਤਾ ਹੈ ਉਹਨਾਂ ਦੀ ਵੀ ਕਾਫੀ ਆਲੋਚਨਾ ਓਵਰਆਲ ਆਨਲਾਈਨ ਜਿਹੜੀ ਖਾਸ ਕਰਕੇ ਉਹ ਕੀਤੀ ਜਾ ਰਹੀ ਹੈਗੀ